ਲੋਕ ਕਹਿੰਦੇ ਆ ਜੀ ਸਾਡੇ 40 ਸਾਲ ਬਾਅਦ ਸਾਡੀਆਂ ਕੱਸੀਆਂ 'ਚ ਪਾਣੀ ਆਇਆ, 40 ਸਾਲ ਬਾਅਦ ਅਸੀਂ ਦਿਨ ਨੂੰ ਪਾਣੀ ਲਾਇਆ ਖੇਤਾਂ ਨੂੰ, ਅੱਗੇ ਬਿਜਲੀ 8 ਘੰਟੇ ਨਹੀਂ ਆਉਂਦੀ ਸੀ ਕੱਟ ਲੱਗਦੇ ਆ, ਹੁਣ ਜਿਹੜੀ ਬਿਜਲੀ ਆ ਉਹ ਜਾਂਦੀ ਨਹੀਂ ਹੈ, ਜਦੋਂ ਆਰਾ ਬਟਨ ਲੱਭਦੇ ਆ ਮੋਟਰ ਚੱਲ ਪੈਂਦੀ ਆ। ਔਰ ਸਿਹਤ ਸਹੂਲਤਾਂ ਨੂੰ ਲੈ ਕੇ ਪਟਿਆਲਾ ਸ਼ਹਿਰ ਦੇ ਲੋਕ ਬਹੁਤ ਖੁਸ਼ ਹੈ, ਹਰ ਤੁਸੀਂ ਜਾਓ 1 ਕਿਲੋਮੀਟਰ 'ਤੇ, ਆਪਾਂ ਇੱਥੇ ਖੜ੍ਹੇ ਹਾਂ ਜੀ, ਆਹ ਪਾਸੀ ਰੋਡ 'ਤੇ ਜਾਓਗੇ 1 ਕਿਲੋਮੀਟਰ 'ਤੇ ਮਹੱਲਾ ਕਲੀਨਿਕ ਹੈ, ਆਹ ਦੁੱਖਰ ਬਾਰ ਨੂੰ ਜਾਓਗੇ 500 ਮੀਟਰ 'ਤੇ, ਉਸ ਤੋਂ 1 ਕਿਲੋਮੀਟਰ ਅੱਗੇ ਜਾਓਗੇ ਤਾਂ ਪ੍ਰੈਸ਼ਰ ਕੋਲ ਜਿੰਦਰਾ ਹਸਪਤਾਲ, ਮਾਤਕ ਛੱਲਿਆ ਹਸਪਤਾਲ, ਲੋਕ ਕਹਿੰਦੇ ਜੀ ਪ੍ਰਾਈਵੇਟ ਹਸਪਤਾਲਾਂ ਵਰਗੇ ਲੱਗਦੇ ਆ। ਔਰ ਐਕਸੀਡੈਂਟ ਵਿਕਟਿਮਸ ਦਾ ਫਰਿਸ਼ਤੇ ਸਕੀਮ, ਸੜਕ ਸੁਰੱਖਿਆ ਫੋਰਸ ਦੇ ਨਾਲ ਸਾਰਿਆਂ ਦਾ ਇਲਾਜ ਫ੍ਰੀ ਹੋ ਰਿਹਾ, ਚਾਹੇ ਬੰਦਾ ਪੰਜਾਬ ਤੋਂ ਹੋਵੇ, ਪੰਜਾਬ ਤੋਂ ਬਾਹਰ ਹੋਵੇ, ਕਿਸੇ ਹੋਰ ਰਾਜ ਦਾ ਹੋਵੇ, ਕਿਸੇ ਹੋਰ ਦੇਸ਼ ਦਾ ਹੋਵੇ। ਲੋਕ ਸਭਾ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਨੇ, ਚੋਣ ਪ੍ਰਚਾਰ ਕੀਤਾ ਜਾ ਰਿਹਾ, ਅਤੇ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਪਟਿਆਲਾ ਤੋਂ ਆਪਣੀ ਨਾਮਜ਼ਦਗੀ ਦਾਖਲ ਕਰਨ ਜਾ ਰਹੇ ਨੇ। ਤਿਆਰੀ ਹੋ ਚੁੱਕੀ ਹੈ, ਜਿਹੜੇ ਸਮਰਥਕ ਨੇ ਪਹੁੰਚਣੇ ਸ਼ੁਰੂ ਹੋ ਗਏ, ਅਤੇ ਡਾਕਟਰ ਸਾਹਿਬ ਆਪਣੇ ਨਿਵਾਸ ਤੋਂ ਕੁਝ ਸਮੇਂ ਬਾਅਦ ਹੀ ਉਸ ਜਗ੍ਹਾ ਲਈ ਰਵਾਨਾ ਹੋਣਗੇ ਜਿੱਥੇ ਕਿ ਉਹਦੇ ਸਮਰਥਕਾਂ ਦੇ ਇਕੱਠ ਹੋਏ। ਡਾਕਟਰ ਸਾਹਿਬ ਨਾਲ ਗੱਲ ਕਰ ਲੈਂਦੇ ਹਾਂ, ਕਿੰਨੀਆਂ ਕੁ ਤਿਆਰੀਆਂ ਨੇ ਅਤੇ ਅੱਗੇ ਕੀ ਦੇਖਦੇ ਨੇ? ਡਾਕਟਰ ਸਾਹਿਬ ਤੁਸੀਂ ਵਿਧਾਨ ਸਭਾ ਚੋਣਾਂ ਵੀ ਦੇਖੀਆਂ ਨੇ ਅਤੇ ਉਸ ਤੋਂ ਬਾਅਦ ਹੁਣ ਪਿੰਡਾਂ 'ਚ ਜਾ ਰਹੇ ਹੋ, ਲੋਕ ਇਹ ਵੀ ਗੱਲ ਕਰਦੇ ਨੇ ਕਿ ਸਭ ਤੋਂ ਪਹਿਲਾਂ ਜਿਹੜੀ ਤੁਹਾਡੀ ਚੋਣ ਮੁਹਿੰਮ ਹੈ ਉਹ ਚੱਲੀ ਹੈ ਅਤੇ ਤੁਸੀਂ ਕਾਫੀ ਅੱਗੇ ਨਿਕਲ ਗਏ, ਕਿਸ ਤਰ੍ਹਾਂ ਦਾ ਲੱਗਦਾ ਵੀ ਜਿਹੜੇ ਪੰਜਾਬ ਦੇ ਪਟਿਆਲੇ ਦੇ ਲੋਕ ਨੇ ਉਹ ਕਿਸ ਆਧਾਰ 'ਤੇ ਵੋਟ ਆਮ ਆਦਮੀ ਪਾਰਟੀ ਨੂੰ ਪਾਉਣਗੇ? ਬਹੁਤ ਵਧੀਆ ਸਵਾਲ ਹੈ ਜੀ ਤੁਹਾਡਾ। ਪਟਿਆਲੇ ਦੇ ਲੋਕ ਜਿਹੜੇ ਹੈਗੇ ਆ ਉਹ ਭਗਵੰਤ ਮਾਨ ਸਰਕਾਰ ਦਾ ਕੰਮ ਦੇਖ ਕੇ ਵੋਟ ਪਾਉਣਗੇ। ਪਹਿਲਾਂ ਅਰਵਿੰਦ ਕੇਜਰੀਵਾਲ ਜੀ ਨੇ ਗਰੰਟੀਆਂ ਦਿੱਤੀਆਂ, ਭਗਵੰਤ ਮਾਨ ਜੀ ਨੇ ਗਰੰਟੀਆਂ ਦਿੱਤੀਆਂ, ਹੁਣ ਅਸੀਂ ਉਹਨਾਂ 'ਚੋਂ 80% ਗਰੰਟੀਆਂ। ਜੇ ਤੁਸੀਂ ਗੱਲ ਕਰੋਗੇ ਪਿੰਡਾਂ ਦੀ, ਲੋਕ ਕਹਿੰਦੇ ਆ ਜੀ ਸਾਡੇ 40 ਸਾਲ ਬਾਅਦ ਸਾਡੀਆਂ ਕੱਸੀਆਂ 'ਚ ਪਾਣੀ ਆਇਆ, 40 ਸਾਲ ਬਾਅਦ ਅਸੀਂ ਦਿਨ ਨੂੰ ਪਾਣੀ ਲਾਇਆ ਖੇਤਾਂ ਨੂੰ, ਅੱਗੇ ਬਿਜਲੀ 8 ਘੰਟੇ ਨਹੀਂ ਆਉਂਦੀ ਸੀ ਕੱਟ ਲੱਗਦੇ ਆ, ਹੁਣ ਜਿਹੜੀ ਬਿਜਲੀ ਆ ਉਹ ਜਾਂਦੀ ਨਹੀਂ ਹੈ, ਜਦੋਂ ਹਰਾ ਬਟਨ ਦੱਬਦੇ ਆ ਮੋਟਰ ਚੱਲ ਪੈਂਦੀ ਆ, ਉਹਦੇ ਨਾਲ ਐਗਰੀਕਲਚਰ ਡਿਵਰਸੀਫਿਕੇਸ਼ਨ ਜੋ ਅਸੀਂ ਕਹਿੰਦੇ ਹਾਂ ਦੂਜੀਆਂ ਫਸਲਾਂ ਬੀਜ ਰਿਹਾ ਲੋਕ। ਮੈਂ ਜਾ ਕੇ ਆਇਆਂ ਜੀ, ਲੋਕਾਂ ਨੇ ਮੱਕਾ ਬਹੁਤ ਬੀਜਿਆ ਹੋਇਆ, ਜੋਗੀ ਬੀਜੀ ਹੋਈ ਹੈ, ਮਿਰਚਾਂ ਦੀ ਖੇਤੀ ਬਹੁਤ ਹੋ ਰਹੀ ਹੈ, ਮੂੰਗੀ ਬੀਜੀ ਹੋਈ ਹੈ ਲੋਕਾਂ ਨੇ, ਹੋਰ ਬਹੁਤ ਸਾਰੀਆਂ ਫਸਲਾਂ ਲੋਕਾਂ ਨੇ ਬੀਜੀਆਂ ਹੋਈਆਂ, ਅਤੇ ਉਹਦੇ ਨਾਲ ਮਤਲਬ ਜਿਹੜਾ ਘਰ ਦਾ ਬਿੱਲ ਨਹੀਂ ਆਉਂਦਾ ਜੀ, ਖੇਤਾਂ ਦੀ ਬਿਜਲੀ ਦਿਨ ਨੂੰ ਆਉਂਦੀ ਆ, ਟੋਲ ਪਲਾਜ਼ਾ ਚੱਕੇ ਜਾ ਰਹੇ ਆ। ਔਰ ਸਿਹਤ ਸਹੂਲਤਾਂ ਨੂੰ ਲੈ ਕੇ ਪਟਿਆਲਾ ਸ਼ਹਿਰ ਦੇ ਲੋਕ ਬਹੁਤ ਖੁਸ਼ ਹੈ, ਹਰ ਤੁਸੀਂ ਜਾਓ 1 ਕਿਲੋਮੀਟਰ 'ਤੇ, ਆਪਾਂ ਇੱਥੇ ਖੜ੍ਹੇ ਹਾਂ ਜੀ, ਆਹ ਪਾਸੀ ਰੋਡ 'ਤੇ ਜਾਓਗੇ 1 ਕਿਲੋਮੀਟਰ 'ਤੇ ਮਹੱਲਾ ਕਲੀਨਿਕ ਹੈ, ਆਹ ਦੁੱਖਰ ਵਾਰ ਨੂੰ ਜਾਓਗੇ 500 ਮੀਟਰ 'ਤੇ, ਉਸ ਤੋਂ 1 ਕਿਲੋਮੀਟਰ ਅੱਗੇ ਜਾਓਗੇ ਤਾਂ ਪ੍ਰੈਸ ਦੇ ਕੋਲ। ਸ਼ਹਿਰ ਦੇ ਵਿੱਚ ਹਰ ਜਗ੍ਹਾ 'ਤੇ 1 ਕਿਲੋਮੀਟਰ 'ਤੇ ਆ, ਔਰ ਜਿਹੜੇ ਲੋਕਾਂ ਨੂੰ ਹੈਗਾ ਇਹ 1.5 ਕਰੋੜ ਲੋਕ ਪੰਜਾਬ 'ਚ ਮਹੱਲਾ ਕਲੀਨਿਕਾਂ 'ਚ ਇਲਾਜ ਕਰਾ ਚੁੱਕੇ ਆ। ਰਜਿੰਦਰਾ ਹਸਪਤਾਲ, ਮਾਤਕ ਛੱਲਿਆ ਹਸਪਤਾਲ, ਲੋਕ ਕਹਿੰਦੇ ਜੀ ਪ੍ਰਾਈਵੇਟ ਹਸਪਤਾਲਾਂ ਵਰਗੇ ਲੱਗਦੇ ਆ, ਔਰ ਸਾਰੀਆਂ ਦਵਾਈਆਂ ਮਿਲ ਰਹੀਆਂ ਲੋਕਾਂ ਨੂੰ, ਸਾਰੇ ਪੰਜਾਬ ਦੇ ਵਿੱਚ ਸਾਰੀਆਂ ਦਵਾਈਆਂ ਮਿਲ ਰਹੀਆਂ, ਅਲਟਰਾਸਾਊਂਡ ਐਕਸਰੇ ਹੋ ਰਹੇ ਆ, ਐਕਸੀਡੈਂਟ ਵਿਕਟਿਮਸ ਦਾ ਫਰਿਸ਼ਤੇ ਸਕੀਮ, ਸੜਕ ਸੁਰੱਖਿਆ ਫੋਰਸ ਦੇ ਨਾਲ ਸਾਰਿਆਂ ਦਾ ਇਲਾਜ ਫ੍ਰੀ ਹੋ ਰਿਹਾ, ਚਾਹੇ ਬੰਦਾ ਪੰਜਾਬ ਤੋਂ ਹੋਵੇ, ਪੰਜਾਬ ਤੋਂ ਬਾਹਰ ਹੋਵੇ, ਕਿਸੇ ਹੋਰ ਰਾਜ ਦਾ ਹੋਵੇ, ਕਿਸੇ ਹੋਰ ਦੇਸ਼ ਦਾ ਹੋਵੇ। ਇਹ ਬਹੁਤ ਇੱਕ ਯੂਨੀਕ ਜਿਹੜਾ ਹੈਗਾ ਇਨੀਸ਼ੀਏਟਿਵ ਹੈ, ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਸ਼ੁਰੂ ਕੀਤਾ, ਅਸੀਂ ਉਹਨੂੰ ਇੰਪਲੀਮੈਂਟ ਕੀਤਾ। ਸੋ ਇੱਦਾਂ ਦੀਆਂ ਜਿਹੜੀਆਂ ਸਕੀਮਾਂ ਹੈਗੀਆਂ ਸਾਡੀਆਂ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਪੋਜ਼ਿਟਿਵਿਟੀ ਆ, ਪਿੰਡਾਂ 'ਚ ਤਾਂ ਲੋਕ ਮੈਨੂੰ ਲੱਗਦਾ 70-80% ਵੋਟ ਸਾਨੂੰ ਪਏਗੀ, ਸ਼ਹਿਰਾਂ ਦੇ ਵਿੱਚ ਵੀ 60-70% ਪਏਗੀ। ਡਾਕਟਰ ਸਾਹਿਬ ਕੇਜਰੀਵਾਲ ਜੀ ਵੀ ਬਾਹਰ ਆਏ ਨੇ ਜੇਲ੍ਹ ਤੋਂ, ਤੁਸੀਂ ਵੀ ਦਿੱਲੀ ਉਹਨਾਂ ਨੂੰ ਮਿਲ ਕੇ ਆਏ ਹੋ, ਕਿਸ ਤਰ੍ਹਾਂ ਦਾ ਲੱਗਦਾ ਕਿ ਲੋਕ ਸਭਾ ਦੇ ਅਤੇ ਜਿਹੜੇ ਵਿਧਾਨ ਸਭਾ ਦੇ ਏਜੰਡੇ ਨੇ ਬਹੁਤ ਫਰਕ ਹੁੰਦਾ, ਹਲਕੇ ਦੀ ਅਲੱਗ ਅਲੱਗ ਮੰਗ ਹੁੰਦੀ ਹੈ, ਤੁਸੀਂ ਕਿਹੜਾ ਟਾਰਗੇਟ ਲੈ ਕੇ ਅੱਗੇ ਜਾ ਰਹੇ ਹੋ ਕਿ ਲੋਕ ਸਭਾ ਪਟਿਆਲਾ ਦੇ ਵਿੱਚ ਇਹ ਇਹ ਮੁੱਖ ਮੁੱਦੇ ਨੇ ਅਤੇ ਉਹਨਾਂ ਨੂੰ ਮੈਂ ਲੋਕ ਸਭਾ 'ਚ ਜਾ ਕੇ ਚੱਕੂੰਗਾ? ਦੇਖੋ ਇਹ ਜਿਹੜੇ ਅਰਵਿੰਦ ਕੇਜਰੀਵਾਲ ਜਦੋਂ ਬਾਹਰ ਆਏ ਆ ਨਾ ਜੀ, ਲਿਟਰਲੀ ਜਿਹੜੇ ਸ਼ਾਹ ਅਤੇ ਮੋਦੀ ਹੈਗੇ ਆ ਨਾ ਜੀ, ਦੇ ਹੈਵ ਹਿੱਟ ਏ ਕੇਜਰੀ ਵਾਲ, ਅਤੇ ਇਹ ਸਟੀਨਲੈਸ ਸਟੀਲ ਦੀ ਵਾਲ ਹੈ, ਦੇ ਹੈਵ ਕ੍ਰੈਸ਼ਡ। ਇਸ ਵੇਲੇ ਪੂਰੇ ਦੇਸ਼ ਦਾ ਹੀਰੋ ਅਰਵਿੰਦ ਕੇਜਰੀਵਾਲ ਹੈ, ਹੀ ਇਜ਼ ਸਿੰਬਲ ਆਫ ਆਪੋਜੀਸ਼ਨ ਯੂਨਿਟੀ, ਹੀ ਇਜ਼ ਏ ਯੂਨੀਫਾਇੰਗ ਫੋਰਸ। ਜਿਹੜੇ ਉਹਨਾਂ ਨੇ 10 ਗਰੰਟੀਆਂ ਦਿੱਤੀਆਂ, ਅਸੀਂ ਉਹ ਇੱਕ ਇੱਕ ਸਾਰੀਆਂ ਪੂਰੀਆਂ ਕਰਕੇ ਦਿਖਾਵਾਂਗੇ, ਪੂਰੇ ਦੇਸ਼ ਵਾਸੀਆਂ ਨੂੰ ਇੱਕ ਐਗਜ਼ਾਮਪਲ ਸੈੱਟ ਕਰਾਂਗੇ। ਅਰਵਿੰਦ ਕੇਜਰੀਵਾਲ ਦਾ ਜਿਹੜਾ ਮਾਡਲ ਹੈ ਉਹ ਬੈਸਟ ਮਾਡਲ ਹੈ ਟੂ ਟੇਕ ਦਾ ਕੰਟਰੀ ਫੋਰਵਰਡ, ਉਹਨੂੰ ਇੱਕ ਐਡਵਾਂਸਡ ਕੰਟਰੀ ਬਣਾਉਣ ਵਾਸਤੇ, ਦੈਟ ਇਜ਼ ਦਾ ਬੈਸਟ ਵੇ, ਅਤੇ ਅਸੀਂ ਉਹਦੇ 'ਤੇ ਪੂਰਾ ਪਹਿਰਾ ਦੇਵਾਂਗੇ ਜੀ। ਔਰ ਦਿੱਲੀ ਦੇ ਮੈਸੇਜ ਇਜ਼ ਵੈਰੀ ਕਲੀਅਰ ਕਿ BJP ਜਾ ਰਹੀ ਹੈ ਔਰ ਇੰਡੀਆ ਗੱਠਜੋੜ ਆ ਰਿਹਾ। ਡਾਕਟਰ ਸਾਹਿਬ, ਲੋਕ ਸਭਾ ਹਲਕੇ ਦੇ ਮੁੱਖ ਮੰਗਾਂ ਤੇ ਕੀ ਨੇ,
ਕਿ ਸਭ ਤੋਂ ਪਹਿਲਾਂ ਮੈਂ ਚਾਹੇ ਘੱਗਰ ਦਾ ਮੁੱਦਾ ਹੋਵੇ, ਬੇਰੁਜ਼ਗਾਰੀ ਦਾ ਹੋਵੇ, ਉਹਨੂੰ ਲੈ ਕੇ ਤੁਸੀਂ ਕੀ ਕਰਨ ਜਾ ਰਹੇ? ਘੱਗਰ ਦਾ ਮੁੱਦਾ ਮੈਨੂੰ ਦੱਸੋ ਵੀ ਮੈਂ ਚੱਕਿਆ ਕਦੇ ਕਿਸੇ ਨੇ ਅੱਜ ਤੱਕ ਚੱਕਿਆ? 9 ਅਸੈਂਬਲੀ ਸੈਗਮੈਂਟ 'ਚੋਂ 8 ਘੱਗਰ ਨਾਲ ਇਫੈਕਟ ਹੁੰਦੇ ਆ, ਉਹਦੇ ਪਾਣੀ ਨਾਲ ਇਫੈਕਟ ਹੁੰਦੇ ਆ, ਪਾਣੀ ਦੀ ਮਾਰ ਥੱਲੇ ਆ। ਨੱਥ ਚੂੜਾ ਦੇਣ ਵਾਲੇ ਕੀ ਸਮਝਣ ਜੀ? ਮੈਂ ਉਹਦਾ ਇੱਕ ਵਿਗਿਆਨਿਕ ਹੱਲ, ਮੈਂ ਪੂਰੀ ਸਟ੍ਰੈਟਜੀ ਬਣਾਈ ਆ। ਹੁਣ ਲੱਗਿਆ ਜੀ ਗੱਲਾਂ ਕਰਨੇ ਘੱਗਰ ਦੀਆਂ, ਪਹਿਲਾਂ ਇਹਨਾਂ ਨੇ ਕਦੇ ਕੋਈ ਘੱਗਰ ਦੀ ਕਦੇ ਕੋਈ ਗੱਲ ਨਹੀਂ ਕੀਤੀ, ਪੰਜਾਬ ਦੇ ਪੈਸੇ ਰੋਕੇ ਹੋਏ ਉਹਦੀ ਕਦੇ ਕੋਈ ਗੱਲ ਨਹੀਂ ਕੀਤੀ, ਸੜਕਾਂ ਰੋਕੀਆਂ ਹੋਈਆਂ ਉਹਦੀ ਪਹਿਲਾਂ ਮੈਂ ਗੱਲ ਕੀਤੀ ਆ, ਹੁਣ ਕਰਨ ਲੱਗਿਆ। ਇਹ ਤਾਂ ਮਤਲਬ ਜਿਹੜੇ ਹੈਗਾ ਵੈਸੇ ਇਹਨਾਂ ਨੂੰ ਮਤਲਬ ਕੋਈ ਪਤਾ ਹੀ ਨਹੀਂ ਸੀਗਾ ਜੀ। ਅਨਇੰਪਲਾਇਮੈਂਟ ਹੈ ਉਹਦੀ ਗੱਲ ਮੈਂ ਕੀਤੀ ਆ ਵੀ ਜਿਹੜੀਆਂ ਕੇਂਦਰ ਦੀਆਂ ਜੋਬ ਆ ਅਤੇ ਸਾਡਾ ਕਿੰਨਾ ਸ਼ੇਅਰ ਆ ਉਹ ਲੈ ਕੇ ਆਊਂਗਾ। ਜਿਹੜੇ ਇਹ ਜਿਹੜੇ ਇਹ ਵਾਲੇ ਇਸ਼ੂ ਜਿਹੜੇ ਰੀਅਲ ਇਸ਼ੂ ਆ, ਲੋਕਾਂ ਦੇ ਇਸ਼ੂ ਆ, ਮਹਿੰਗਾਈ ਦਾ ਇਸ਼ੂ ਆ, ਕਿਸੇ ਨੇ ਟੱਚ ਨਹੀਂ ਕੀਤਾ, ਮੈਂ ਉਹਨੂੰ ਡਿਫਾਈਨ ਕੀਤਾ ਵੀ ਕਿੱਦਾਂ ਘਟਾਵਾਂਗੇ। GST ਦੀ ਗੱਲ ਕੀਤੀ ਆ ਟ੍ਰੇਡਰਸ ਵਾਸਤੇ, ਕਿਸਾਨਾਂ ਵਾਸਤੇ MSP ਦੀ ਗੱਲ ਕੀਤੀ ਆ, ਮਜ਼ਦੂਰਾਂ ਵਾਸਤੇ ਜਿਹੜੀ ਹੈਗੀ ਆ ਜਿੱਦਾਂ ਪਿੰਡਾਂ 'ਚ ਨਰੇਗਾ ਹੈਗੀ, ਇੱਦਾਂ ਅਰਬਨ ਉਹਦਾ ਕਾਊਂਟਰਪਾਰਟ ਸ਼ੁਰੂ ਕਰਨਾ, 400 ਰੁਪਏ ਦਿਹਾੜੀ ਔਰ ਸ਼ਾਮ ਨੂੰ ਖਾਤੇ 'ਚ ਪੈਸੇ ਆਉਣਗੇ। ਗਰੀਬਾਂ ਦੇ ਘਰ ਬਣਾਉਣ ਦੀ ਮੈਂ ਗੱਲ ਕੀਤੀ ਆ। ਸੋ ਜਿਹੜੇ ਸੈਂਟਰ ਨਾਲ ਰਿਲੇਟਡ ਇਸ਼ੂ ਆ ਤਾਂ ਸਾਨੂੰ ਸੀਵਰੇਜ, ਵਾਟਰ ਸਪਲਾਈ ਇਹਦੇ 'ਚ ਕਰਦੇ ਰਹੇ ਜੀ। ਥੈਂਕ ਯੂ ਸਰ। ਸੋ ਡਾਕਟਰ ਬਲਬੀਰ ਨੇ ਜਿਹੜੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਜਾ ਰਹੇ ਨੇ, ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਹਮੇਸ਼ਾ ਵਿਧਾਨ ਸਭਾ ਦੇ ਵਿੱਚ ਘੱਗਰ ਦੀ ਗੱਲ ਕੀਤੀ ਹੈ, ਪਟਿਆਲਾ ਦੀ ਬੇਰੁਜ਼ਗਾਰੀ ਦੀ ਗੱਲ ਕੀਤੀ ਹੈ, ਅਤੇ ਜਦੋਂ ਮੈਂ ਲੋਕ ਸਭਾ 'ਚ ਜਾਊਂਗਾ ਤਾਂ ਪੂਰੇ ਜਿਹੜੇ ਮੇਰੇ ਟਾਰਗੇਟ ਦੇ ਉੱਪਰ ਮੇਰੇ ਨਿਸ਼ਾਨੇ ਨੇ ਉਹਨਾਂ ਨੂੰ ਅੱਗੇ ਰੱਖੂੰਗਾ, ਤਾਂ ਜੋ ਪਟਿਆਲਾ ਹਲਕਾ ਯਾਨੀ ਕਿ ਪਟਿਆਲਾ ਲੋਕ ਸਭਾ ਹਲਕੇ ਦੀਆਂ ਜਿਹੜੀਆਂ ਮੁੱਖ ਮੁਸ਼ਕਲਾਂ ਨੇ, ਚਾਹੇ ਘੱਗਰ ਦਰਿਆ ਹੋਵੇ, ਬੇਰੁਜ਼ਗਾਰੀ ਹੋਵੇ, ਕਿਸਾਨਾਂ ਦੀ ਗੱਲ ਹੋਵੇ, ਉਹਨੂੰ ਲੋਕ ਸਭਾ ਦੇ ਵਿੱਚ ਚੱਕ ਕੇ ਉਹਨਾਂ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰੂੰਗਾ।